ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ। ਉਸ ਗੁਰੂ ਦੀ ਗੋਦੀ ਵਿੱਚ ਬਿਰਾਜਮਾਨ ਹੋ ਕਰਕੇ ਅੰਮ੍ਰਿਤ ਵੇਲੇ ਤੋਂ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਪਾਸੋਂ ਸੰਪੂਰਨ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਮੜਭਾਗੀ ਹੋ ਸਤਸੰਗ ਜੀਓ, ਭਾਈ ਨੰਦ ਲਾਲ ਜੀ ਜਿਸ ਤਰ੍ਹਾਂ ਆਪ ਜੀ ਸੁਸ਼ੋਭਿਤ ਹੋ ਇਸ ਤਰ੍ਹਾਂ ਦਰਬਾਰ ਦੇ ਵਿੱਚ ਆਏ, ਦਰਬਾਰ ਦੇ ਵਿੱਚ ਆਏ ਮੱਥਾ ਟੇਕਿਆ ਫਿਰ ਚੁੱਕਿਆ ਨਹੀਂ। ਅਤੇ ਕਹਿੰਦੇ ਨੇ ਇੱਕ ਦਿਨ ਸਤਿਗੁਰ ਕੇ ਦਰਬਾਰ, ਮੈਂ ਪ੍ਰੇਮ ਸੁਰਾਹੀ ਪੀਤੀ, ਉੱਥੇ ਪ੍ਰੇਮ ਰਸ ਵੱਡਿਆ ਜਾ ਰਿਹਾ ਸੀ ਪ੍ਰੇਮ ਰਸ, ਇੱਕ ਦਿਨ ਮੈਨੂੰ ਵੀ ਜਾਣ ਦਾ ਸਮਾਂ ਨਸੀਬ ਹੋਇਆ। ਇੱਕ ਦਿਨ ਸਤਿਗੁਰ ਕੇ ਦਰਬਾਰ ਮੈਂ ਪ੍ਰੇਮ ਸੁਰਾਹੀ ਪੀਤੀ, ਭਾਗ ਅਸਾਡੇ ਲਿਖੀ ਫਕੀਰੀ, ਉਹ ਪ੍ਰੇਮ ਰਸ ਜਿਵੇਂ ਅਸੀਂ ਪੀਤਾ ਹੈ, ਸਾਡੇ ਮਸਤਕ 'ਤੇ ਬੰਦਗੀ ਲਿਖੀ ਗਈ, ਬੰਦਗੀ ਭਾਗ ਅਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ। ਜਿਵੇਂ ਹੀਰੇ ਦੀ ਸੰਭਾਲ ਕੀਤੀ ਜਾਂਦੀ ਹੈ ਸੋ ਮਸਤਕ ਧਰ ਲੀਤੀ, ਮੈਂ ਵੀ ਉਹ ਬੰਦਗੀ ਨੂੰ ਸੰਭਾਲ ਕੇ ਰੱਖ ਲਿਆ। ਜਦੋਂ ਬੰਦਗੀ ਕਰਨ ਲੱਗਿਆ ਤਾਂ ਪਤਾ ਲੱਗਿਆ ਸਗਲਾ ਜਨਮ ਗੁਨਾਹੀ ਭਰਿਆ, ਹਰ ਕੀ ਭਗਤ ਨਾ ਕੀਤੀ। ਓਏ ਨੰਦ ਲਾਲ, ਸਾਰਾ ਜੀਵਨ ਬੀਤ ਗਿਆ, ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ ਕੀ ਬਣੇਗਾ। ਅਤੇ ਅੱਗੇ ਸਤਿਗੁਰੂ ਦਾ ਜਵਾਬ ਆਇਆ, ਕਹਿੰਦੇ ਆ ਗਏ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ। ਕਹਿੰਦੇ ਨੰਦ ਲਾਲ, ਦੇਰ ਆਏ ਦੁਰਸਤ ਆਏ, ਅਜੇ ਹੂੰ ਕਛ ਬਿਗੜੇ ਉਹ ਨਹੀਂ ਜੋ ਹਰ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭਉ ਪਦ ਪਾਵੈ। ਅਜੇ ਕੁਛ ਨਹੀਂ ਵਿਗੜਿਆ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਮ। ਕਹਿੰਦੇ ਕੁਛ ਨਹੀਂ ਵਿਗੜਿਆ, ਹੁਣ ਤੋਂ ਬੰਦਗੀ ਸ਼ੁਰੂ ਕਰ, ਸਾਰਾ ਕੁਛ ਸਵਰ ਜਾਏਗਾ। ਸਤਸੰਗ ਜੀਓ, ਦੁਨੀਆਂ ਜੰਨਤ ਨੂੰ, ਦੁਨੀਆਂ ਬੈਕੁੰਠ ਨੂੰ ਲੱਭਦੀ ਆਈ ਹੈ, ਲੱਭ ਰਹੀ ਹੈ, ਲੱਭਦੀ ਰਹੇਗੀ। ਪਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੇ ਸੰਗਤ ਦੀ ਐਸੀ ਕਿਰਪਾ ਕੀਤੀ ਹੈ, ਸਾਧ ਸੰਗਤ ਬੈਕੁੰਠ ਆਏ। ਇਹੋ ਹੀ ਬੈਕੁੰਠ ਹੈ, ਇਹੋ ਹੀ ਜੰਨਤ ਹੈ, ਇਹੋ ਹੀ ਬੇਸ਼ਤ ਹੈ।
परमात्मा दे घर दे विच परमात्मा साडा पिता है। तू मेरा पिता, तू है मेरा माता, तू मेरा बंदा, तू मेरा भ्राता, तू मेरा राखा सबनी थाई, हर थाई रखवाला है। पिता दे घर कोई भी मनुख बड़े फकर नाल जा सकता है, पुछन की लोड़ नहीं, पिता का घर है। पिता का घर एको ही एक है जिदे चार दरवाजे ने, सारे बरन, सारे जात, सारे मजहब के लोग पिता का घर समझ के इतने आ सकते हैं। जन्नत है, स्वर्ग है, बैकुंठ है। सतसंग जीओ भाई साहब भाई नंद लाल जी कहते हैं, कहते प्यारियो एक हुमा पंखी है जिहड़ा दैवी पंखी है ते देवलोक विच रहिंदा है, वो किसी दे सिर तो गुजर जाए, किसी का सिर वो तले आ जाए, किसी न किसी देश की बात बादशाहत मिलती है, किसी न किसी देश का वह बादशाह बनता है। पर भाई नंद लाल जी कहते ओए गुरसिखो प्यारियो, जे किसी गुरु के चरणों के तले तुहाडा सीस आ जाए तो लोग परलोक की बादशाहत मिलती है, लोग परलोक की। दोवें थाओं रखे गुरसूरे, हलत पलत पार ब्रह्म सवारे, कारज होए सगले पूरे। गुरु दे चरणा दी ऐसी महिमा है। आज पावन बाग चौथे नानक धन गुरु रामदास पातशाह जी बैराड़ी राग दे विच फरमान कर रहे हैं गुरु ग्रंथ साहब दे विच 31 राग शोभायमान हैं, 5872 शब्द हैं। सरूप सिंह अलग अनुसार ते 35 महापुरखों की इहदे विच बाणी है। 31 रागों विच एक राग है बैराड़ी, जिहदे विच सतगुरु सानू जीवन जुगती दस रहे हैं, फरमान कर रहे हैं हर जन राम नाम गुण गावे। जिहड़ा हरी दा जन है, हरी दा प्यारा है, वह वाहिगुरु दे गुणा नू गांदा है, वह वाहिगुरु नू हमेशा हमेशा जपता रहिंदा है। जिन्हां सौस ग्रास ना विसर हर नामा मन मंत, ऐसा उन्हां दा जीवन होंदा है। वह वाहिगुरु दे गुणा नू वाहिगुरु दी कीर्ति नू हमेशा हमेशा करदे रहिंदे हन। उठत बैठत सोवत ते आइए, मार्ग चलत हरे हर गाइए, सदा सदा जपिए प्रभ नाम। वह वाहिगुरु दे नाम नू हमेशा हमेशा जपते रहिंदे ने। जे कोई निंद करे हर जन की, अपना गुण न गवावे। दुनिया विच ऐसा तो देखा गया है कि मनुख एक दूजे दे विरोधी हो जाते हैं। किसी ने बड़ी कोठी बनाई, किसी ने बड़ी फैक्ट्री बनाई, किसी ने बड़ी कार बनाई, कोई ना कोई कारण बनया एक दूजे के विरोधी हो जाते हैं। पर हैरानी की गल है जिहड़ा कोई राम का गुण गाता हो, वाहगुरु का भजन करता हो, कीर्ति करता हो, बंदगी हो, भी लोग विरोध में आ जाते हैं। गुरु साहब कह रहे हैं
ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਹਰੀ ਦੇ ਜਨਾਂ ਦੀ ਵੀ ਲੋਕ ਨਿੰਦਿਆ ਕਰਦੇ ਨੇ, ਉਹਨਾਂ ਨੂੰ ਵੀ ਰੋਕਦੇ ਬਾਈ ਵਾਹਿਗੁਰੂ ਵਾਹਿਗੁਰੂ ਨਾ ਜਾਪੇ, ਇਹ ਰਾਮ ਰਾਮ ਨਾ ਕਹੇ, ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਧ ਤੁਰਤ ਛਡਾਵੋ ਮੇਰੋ ਕਹਿਓ ਮਾਨ। ਪ੍ਰਹਿਲਾਦ ਕੋਠੇ ਵਿੱਚ ਰਾਖਿਆ ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨ ਡਰਈ ਮੇਰੇ ਅੰਦਰ ਗੁਰ ਗੋਪਾਲਾ। ਕਹਿੰਦੇ ਤੂੰ ਰਾਮ ਕਹਿਣ ਕੀ ਛੋੜ ਬਾਣ, ਰਾਮ ਨਾਮ ਕਹਿਣਾ ਛੱਡ ਦੇ, ਤੁਝ ਤੁਰਤ ਛਡਾਵੋ। ਜੇ ਕਹਿਣ ਨਾਲ ਮਨ ਜਾਂਦਾ ਹੈ ਤੇ ਠੀਕ ਹੈ, ਨਹੀਂ ਤੁਰੰਤ ਜਲਦੀ ਤੋਂ ਜਲਦੀ ਛਡਾ ਦਿਆਂਗਾ। ਕਾਡ ਖੜਕ ਕੋ ਪਿਓ ਰਸਾਏ, ਤੁਝ ਰਾਖਾ ਨਾ ਜੋ ਆਰੋ ਮੁਝੇ ਬਤਾਏ। ਤਲਵਾਰ ਲੈ ਕੇ ਖੜਾ ਹੋ ਗਿਆ ਪੁੱਤਰ ਦੇ ਕਤਲ ਵਾਸਤੇ, ਕਿਹਦੇ ਵਾਸਤੇ, ਵੀ ਤੂੰ ਰਾਮ ਕਹਿਣਾ ਛੱਡ ਦੇ, ਬੰਦਗੀ ਛੱਡ ਦੇ। ਜਿਸ ਤਰ੍ਹਾਂ ਮੈਂ ਜ਼ੁਲਮ ਕਰਦਾ, ਜਿਸ ਤਰ੍ਹਾਂ ਪਾਪਾਂ ਕਰਕੇ ਮੈਂ ਮਾਇਆ ਇਕੱਠੀ ਕੀਤੀ ਹੈ, ਮੇਰੇ ਨਾਲ ਰਲ ਜਾ। ਤਲਵਾਰ ਫੜੀ ਹੋਈ ਹੱਥ ਵਿੱਚ, ਬੱਚੇ ਨੂੰ ਡਰਾ ਰਿਹਾ, ਰਾਮ ਕਹਿਣ ਕੀ ਛੋੜ ਬਾਣ। ਇਹ ਬਾਣੀ ਬਦਲ ਦੇ, ਇਹ ਬਚਨ ਬਦਲ ਦੇ, ਇਹ ਸਿਸਟਮ ਤੇਰਾ ਗਲਤ ਹੈ, ਤਰੀਕਾ ਤੇਰਾ ਗਲਤ ਹੈ, ਪਰ ਪ੍ਰਭ ਥੰਮ ਤੇ ਨਿਕਸੇ ਕਹਿ ਵਿਸਥਾਰ, ਹਰ ਨਾ ਖਸ ਮਾਰਿਓ ਨਖੇ ਬਦਾਰ। ਬੱਚੇ ਨੇ ਰਾਮ ਨਾਮ ਕਹਿਣਾ ਛੱਡਿਆ ਨਹੀਂ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਉਹਨੇ ਆਪਣੇ ਸੁਭਾਅ ਨੂੰ ਨਹੀਂ ਬਦਲਿਆ, ਸੁਭਾਅ ਵਿੱਚ ਤਬਦੀਲੀ ਨਹੀਂ ਕੀਤੀ। ਭਗਤ ਕਬੀਰ ਜੀ ਨੂੰ ਇਸਲਾਮ ਦਾ ਰਾਜ ਹੈ, ਕਹਿ ਰਹੇ ਨੇ ਭਗਤ ਜੀ ਅੱਲਾ ਅੱਲਾ ਜਪਿਆ ਕਰੋ, ਅੱਲਾ ਦਾ ਪ੍ਰਚਾਰ ਕਰੋ, ਇਸਲਾਮ ਦਾ ਪ੍ਰਚਾਰ ਕਰੋ, ਰਾਮ ਨਾਮ ਨਹੀਂ ਕਹਿਣਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਹਿੰਦੇ ਬਈ ਮੈਂ ਤੇ ਅੱਲਾ ਰਾਮ ਦੇ ਵਿੱਚ ਭੇਜ ਨਹੀਂ ਸਮਝਦਾ, ਪਰ ਤੁਹਾਡੇ ਕਹਿਣ ਨਾਲ ਮੈਂ ਰਾਮ ਨਾਮ ਕਹਿਣਾ ਨਹੀਂ ਛੱਡਣਾ। ਪੋਟਲੀ ਵਿੱਚ ਬੰਨਿਆ ਗਿਆ, ਹਾਥੀ ਨੂੰ ਸੱਦਿਆ ਗਿਆ, ਮਹਾਵਤ ਨੂੰ ਕਹਿ ਦਿੱਤਾ, ਕਹਿੰਦਾ ਇਸ ਪੋਟਲੀ ਦੇ ਉੱਤੇ ਹਾਥੀ ਦਾ ਪੈਰ ਰੱਖਿਆ ਜਾਏ ਖਤਮ ਹੋ ਜਾਏਗਾ। ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਹੀਂ ਕਾਜੀ ਅੰਧਿਹਾਰੇ, ਬਾਂਦ ਪੋਟ ਕੁੰਚਰ ਕੌਂਦੀ ਨਾ, ਰਾਮ ਕਹਿ ਰਾਮ ਨਾਮ ਕਹਿਣਾ ਛੱਡ ਦੇ। ਪਰ ਕੁੰਚਰ ਹਾਥੀ ਜਿਹੜਾ ਹੈ ਉਹ ਪੋਟਲੀ ਨੂੰ ਚੱਕਦਾ ਹੈ ਅਤੇ ਨਮਸਕਾਰ ਕਰਦਾ ਹੈ, ਕਿਆ ਅਪਰਾਧ ਸੰਤ ਹੈ ਕੀ ਨਾ, ਸੰਤ ਨੇ ਕੀ ਅਪਰਾਧ ਕੀਤਾ। ਰਾਮ ਨਾਮ ਜਪਣਾ ਉਹਦਾ ਫਰਜ਼ ਹੈ, ਉਹਦਾ ਜੀਵਨ ਹੈ, ਉਹਦੀ ਲੈ ਹੈ, ਉਹਦੀ ਬੰਦਗੀ ਹੈ, ਉਹਦਾ ਧਰਮ ਹੈ, ਉਹਦਾ ਦਾਨ ਹੈ, ਉਹਦਾ ਖਜ਼ਾਨਾ ਹੈ। ਹਾਥੀ ਨੇ ਨਹੀਂ ਮਾਰਿਆ ਅਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੱਤੀਆਂ, ਹੱਥਾਂ ਵਿੱਚ ਹੱਥਕੜੀਆਂ ਪਾ ਦਿੱਤੀਆਂ, ਗੰਗਾ ਵਿੱਚ ਛੁੱਟ ਦਿੱਤਾ ਗਿਆ। ਮਨ ਨਾ ਡਰੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਫਿਰ ਉਹ ਉੱਥੇ ਹੀ ਰਾਮ ਨਾਮ ਸਿਮਰਨ ਜਾਰੀ ਹੈ ਅਤੇ ਸਰੀਰ ਨੂੰ ਕਹਿੰਦੇ ਭਲਿਆ ਤੂੰ ਕਿਉਂ ਡਰਦਾ ਪਿਆ, ਮਨ ਤੇ ਵਾਹਿਗੁਰੂ ਨਾਲ ਜੁੜਿਆ ਹੋਇਆ,
मन न डरे तन काहे को डराए, चरण कमल चत रहे समाए। वाहिगुरु सिमरन जारी है, राम राम जारी है। गंगा की लहर मेरी टूटी जंजीर, मृग छाला पे बैठे कबीर। कहंदे तू राम नाम कहना छड़ दे, राम नाम कहना नहीं छड़ना। हैरानी दी गल है, जिहड़ी कोई रब दी बंदगी करे उन्हां नाल भी विरोध, उन्हां नाल बिगाड़, उन्हां नाल दुश्मनी। दुनियावी बंदा धन दे खातर, अपने अहंकार दे खातर किसी नाल वैर करे ठीक है, पर भगतां नाल भी ऐसा हुंदा है। देवी चरण भीम चंद दा एक वजीर है, इनू गुरु कलगीधर पातशाह जी दे कोल CID लैण वास्ते भेजिया गया। दस भाई गुरु गोबिंद सिंह महाराज नू किस तरह जंग दे विच हराइए, किस तरह फड़िए, किस तरह इन्हां कोल ईन मनाइए। ते देवी चरण जदों भीम चंद कोल रहिंदा है ते उत्थे इहो ही कोई गल्लां बातां हुंदियां ने, किवें किसे नूं कटिए, किसे नूं मारीए, किसे तबाह करिए, किवें जुलम करिए, इहो ही कुछ गल्लां हुंदियां ने। बंदगी वाली कोई गल नहीं, पर देवी चंद जदों सतगुरु दे चरणां च गया उसने देखिया भाई यह तो जन्नत है, गुरु गोबिंद सिंह वाहिगुरु का रूप आप है, इत्थे ना को बैरी नहीं बिगाना, सगल संग हमको बनियाई, इधर तो कोई बैरी ही नहीं है। यह किसी नूं बिगाना नहीं समझते, यह तो कह देंदे ने आए मिल गुरसिख, आए मिल तू मेरे गुरु को प्यारे, कोई भी होवे आवाजा मार देना तू मेरे गुरु दे प्यारा है, आ मेरे नाल मिल, मेरे नाल सांझ कर। ते कट्टी अरदास होंदी है सारे परिवार दी, सुखी वसै मोरो परिवारा, सेवक सिख सवै करतारा। गुरु कलगीधर जी का परिवार है ते नितनेम दे विच रोज सारिया की अरदास होंदी है। यह अरदास गुरु नानक बोले दरगाह प्रवान, दरगाह विच प्रवान होंदी है, कबूल होंदी है। आपां कलगीधर पातशाह जी दे परिवार दे मैंबर बन जाइए ते फिर साड़ी अरदास जारी है, फिर सानू नजर आएगा दुख नाहीं सब सुखी है, अरे हार नहीं सब जीत है, दुख खत्म हो जाएगा, दुख रोग का डेरा बनना दुख खत्म हो जाएगा। देवी चरण ने जदों देखिया कि इत्थे गरीबां नूं माण मिलता है, भुखियां नूं लंगर मिलता है, जात बरन को पूछे ना ही, ना जात पूछी जाती ना बरन पूछा जाता, सबे सांझी बाल सदाइन किसे न दिसे बारा जियो, यह तो रब का घर है, गुरु गोबिंद सिंह महाराज खुद खुद आया। यह भीम चंद की गलती है, विरोध नहीं करना चाहिए, जंग नहीं करनी चाहिए। तो सारी अपनी डायरी लिख के भीम चंद को पहुंचा, भीम चंद नू जो जो उन्हें देखिया वो उन्हें दसिया।
ਕਹਿੰਦੇ ਬਾਦਸ਼ਾਹ ਭੀਮ ਚੰਦ ਉਹ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦੇ, ਅਤੇ ਤੁਹਾਨੂੰ ਵੀ ਉਹਨਾਂ ਨਾਲ ਵੈਰ ਨਹੀਂ ਕਰਨਾ ਚਾਹੀਦਾ। ਅਤੇ ਉਹ ਮਨੁੱਖੀ ਜਾਨ ਜਾਮੇ ਦੇ ਵਿੱਚ ਖੁਦ ਖੁਦਾ ਹੈ, ਜੰਗ ਕਰੋਗੇ ਹਾਰ ਜਾਓਗੇ। ਜੰਗ ਜਿੱਤ ਨਹੀਂ ਸਕਦੇ ਅਤੇ ਤੁਹਾਡਾ ਇਸ ਲੋਕ ਦੇ ਵਿੱਚ ਮੂੰਹ ਕਾਲਾ ਹੋਏਗਾ, ਪਰਲੋਕ ਦੇ ਵਿੱਚ ਮੂੰਹ ਕਾਲਾ ਹੋਏਗਾ, ਇਸ ਕਰਕੇ ਜੰਗ ਨਾ ਕਰ। ਭੀਮ ਚੰਦ ਕਹਿੰਦਾ ਹੋਏ ਭਲਿਆ ਤਨਖਾਹ ਸਾਡੇ ਕੋਲ ਲੈਣੀ, ਨੌਕਰ ਮੇਰਾ, ਤਾਰੀਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਭੀਮ ਚੰਦ ਕਹਿੰਦਾ ਨਹੀਂ, ਇਹ ਸੱਚਾਈ ਹੈ, ਤਾਰੀਫ ਨਹੀਂ, ਇਹ ਸੱਚਾਈ ਹੈ। ਤੂੰ ਸਾਨੂੰ ਡਾਇਰੀ ਲਿਖਣ ਵਾਸਤੇ ਭੇਜਿਆ ਹੈ, ਅਸੀਂ ਸੱਚਾਈ ਲਿਆ ਕੇ ਤੈਨੂੰ ਦਿੱਤੀ, ਕੋਈ ਸਮਾਂ ਆਏਗਾ ਤੈਨੂੰ ਦੇਖਣ ਨੂੰ ਮਿਲ ਜਾਏਗਾ, ਜੇ ਸਾਡੀ ਗੱਲ ਨਾ ਮੰਨੀ, ਕੋਈ ਸਮਾਂ ਆਏਗਾ ਤੈਨੂੰ ਵੇਖਣ ਨੂੰ ਮਿਲ ਜਾਏਗਾ। ਕਹੋ ਰਬਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਪੇਖਿਓ, ਪਤਾ ਲੱਗ ਜਾਏਗਾ ਤੈਨੂੰ। ਕਹਿੰਦੇ ਤੂੰ ਬੜਾ ਗੁਸਤਾਖ ਹੈ, ਗੁਸਤਾਖੀ ਕੀਤੀ ਹੈ। ਫਿਰ ਸਾਈ ਫੁਰਮਾਨ ਸੁਣਾਇਆ ਗਿਆ, ਇਹਦੇ ਪੈਰਾਂ ਵਿੱਚ ਬੇੜੀ, ਹੱਥਾਂ ਵਿੱਚ ਹੱਥਕੜੀਆਂ, ਸਰੀਰ ਸਾਰਾ ਜਕੜ ਦਿੱਤਾ ਜਾਏ, ਅਤੇ ਇੰਝ ਨਹੀਂ ਸੂਹੇ ਲਾਲ ਕੀਤੇ ਜਾਣ, ਇਹਦੀ ਅੱਖਾਂ ਨੂੰ ਮਾਰੇ ਜਾਣ ਤਾਂ ਕਿ ਅੰਨਾ ਹੋ ਜਾਏ, ਉਸ ਤੋਂ ਬਾਅਦ ਪਹਾੜ ਦੀ ਚੋਟੀ ਤੋਂ ਥੱਲੇ ਖੱਡ ਵਿੱਚ ਸੁੱਟਿਆ ਜਾਏ, ਤਾਂ ਕਿ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਕਰਨ ਵਾਲਾ ਦੂਜਾ ਬੰਦਾ ਸਾਡੇ ਰਾਜ ਵਿੱਚ ਨਾ ਰਹੇ। ਅਤੇ ਇਹਨੂੰ ਸਤਿਗੁਰੂ ਦੇ ਦਰਬਾਰ ਦਾ ਰੰਗ ਚੜਿਆ ਹੋਇਆ, ਕਹਿੰਦੇ ਭੀਮ ਚੰਦ ਕਹਾਂ ਭਇਓ ਜੋ ਤਿੰਨ ਤਨ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਨ, ਜੇ ਮੇਰੇ ਅੰਗ ਅੰਗ ਨੂੰ ਵੀ ਕੱਟ ਦੇ ਮੈਨੂੰ ਕੋਈ ਪਰਵਾਹ ਨਹੀਂ, ਕੀ ਹੋ ਜਾਏਗਾ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਨ। ਕਲਗੀਧਰ ਪਾਤਸ਼ਾਹ ਜੀ ਦਾ ਅਗਰ ਪਿਆਰ ਟੁੱਟ ਗਿਆ ਮੈਨੂੰ ਇਸ ਗੱਲ ਦਾ ਬੜਾ ਭਾਰੀ ਡਰ ਹੈ, ਬੰਦ ਬੰਦ ਕੱਟ ਦਿੱਤਾ ਜਾਏ ਮੈਨੂੰ ਕੋਈ ਡਰ ਨਹੀਂ। ਜਿਸ ਤਰ੍ਹਾਂ ਸਾਈ ਫਰਮਾਨ ਸੀ, ਇਹਦੇ ਹੱਥਾਂ ਵਿੱਚ ਹੱਥਕੜੀ, ਪੈਰਾਂ ਵਿੱਚ ਬੇੜੀ ਪਾਈ ਗਈ, ਸਰੀਰ ਬੰਨ੍ਹ ਦਿੱਤਾ ਗਿਆ, ਜਲਾਦ ਬੁਲਾਏ ਗਏ, ਸੂਹੇ ਬਿਲਕੁਲ ਲਾਲ ਨੇ, ਇਹਦੀ ਅੱਖਾਂ 'ਚ ਫੇਰਨ ਵਾਸਤੇ। ਜਦੋਂ ਇੱਧਰੋਂ ਸੂਹੇ ਲਾਲ ਹੋ ਰਹੇ ਨੇ, ਤਿਆਰੀ ਹੋ ਰਹੀ ਹੈ, ਇਹਦਾ ਮਨ ਨਾਮ ਜਪ ਜਪ ਕੇ ਸੂਹਾ ਹੋ ਰਿਹਾ, ਗੁਰਮੁਖ ਲਾਲੋ ਲਾਲ ਹੈ, ਉੱਧਰ ਸੂਹੇ ਲਾਲ ਨੇ, ਇੱਧਰ ਗੁਰਮੁਖ ਲਾਲ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ, ਪਹਾੜ ਤੋਂ ਸੁੱਟਿਆ ਗਿਆ, ਸੂਹੇ ਅੱਖਾਂ 'ਚ ਲਾਏ ਗਏ, ਥੱਲੇ ਖੱਡ ਵਿੱਚ ਜਾ ਕੇ ਡਿੱਗਿਆ, ਬੇੜੀਆਂ ਵੀ ਖੁੱਲ੍ਹ ਗਈਆਂ, ਹੱਥਕੜੀਆਂ ਵੀ ਖੁੱਲ੍ਹ ਗਈਆਂ, ਅੱਖਾਂ ਬਿਲਕੁਲ ਸਾਬਤ ਨੇ, ਕੁਛ ਵੀ ਨਹੀਂ ਹੋਇਆ। ਉਸੇ ਤਰ੍ਹਾਂ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਚੱਲ ਪਿਆ, ਕਿਉਂਕਿ ਧੰਨ ਜੀ ਤਹੀਂ ਕੋ ਜਗ ਮੈਂ ਮੁਖਤੇ ਹਾਰ, ਧਰਮ ਲਈ ਚਿਤ ਮੈਂ ਜੁੱਧ ਵਿਚਾਰ, ਦੇਹ ਅਨਿਤ ਨਾ ਨਿਤ ਰਹੇ, ਸਰੀਰ ਤੇ ਰਹਿਣਾ ਹੀ ਨਹੀਂ, ਅੱਜ ਨਹੀਂ ਤੇ ਕੱਲ ਜਾਣਾ, ਜਸ ਨਾਭ ਚੜੈ ਇਹ ਸਿਮਰਨ ਦੀ ਜਹਾਜ਼ ਵਿੱਚ ਚੜ ਜਾਏ, ਭਵ ਸਾਗਰ ਧਾਰੇ, ਸੰਸਾਰ ਸਾਗਰ ਪਾਰ ਹੋ ਜਾਏਗਾ। ਕਲਗੀਧਰ ਪਾਤਸ਼ਾਹ ਜੀ ਕੋਲ ਪਹੁੰਚਿਆ, ਦਰਬਾਨ ਕਹਿੰਦਾ ਸਤਿਗੁਰੂ ਆਰਾਮ ਫਰਮਾ ਰਹੇ ਨੇ। ਕਹਿੰਦੇ ਸਤਿਗੁਰੂ ਨੂੰ ਕਹੋ
ਕਿ ਆਪ ਜੀ ਦਾ ਚਰਨ ਸੇਵਕ ਦੇਵੀ ਚਰਨ ਆਇਆ ਹੋਇਆ ਹੈ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਜਦੋਂ ਅੰਦਰ ਗਿਆ, ਸਤਿਗੁਰੂ ਬਿਰਾਜਮਾਨ ਸਨ, ਪੈਰਾਂ ਦੇ ਵਿੱਚ ਛਾਲੇ ਪਏ ਹੋਏ ਨੇ ਅਤੇ ਕਿਤੇ ਕਿਤੇ ਲਹੂ ਸਿਮ ਰਿਹਾ। ਪੁੱਛਦਾ ਸਤਿਗੁਰੂ ਕੀ ਹੋਇਆ? ਕਹਿੰਦੇ ਦੇਵੀ ਚਰਨ ਆਪੇ ਤੂੰ ਕੀਤਾ ਅਤੇ ਆਪੇ ਪੁੱਛ ਰਿਹਾ, ਅਰਦਾਸ ਕੀਤੀ ਸੀ, ਚਰਨਾਂ ਦਾ ਧਿਆਨ ਧਰਿਆ ਸੀ, ਪੜ੍ਹ ਰਿਹਾ ਸੀ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਤੂੰ ਚਰਨਾਂ ਦਾ ਧਿਆਨ ਧਰਿਆ ਸੀ, ਉਹ ਸੂਹੇ ਤੇਰੀ ਅੱਖਾਂ 'ਚ ਨਹੀਂ ਇੱਥੇ ਪੈਰਾਂ 'ਚ ਖੁੱਬੇ ਨੇ, ਪਰ ਦੇਵੀ ਚਰਨ ਉਸ ਤੋਂ ਬਾਅਦ ਭੀਮ ਚੰਦ ਨਹੀਂ ਵੱਲ ਨਹੀਂ ਗਿਆ, ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਬੌਰਾ ਬਣ ਗਿਆ, ਆਪਣਾ ਗੁਣ ਨਾ ਗਵਾਵੇ, ਸਿਮਰਨ ਨੂੰ ਨਹੀਂ ਛੱਡਿਆ, ਬੰਦਗੀ ਨੂੰ ਨਹੀਂ ਛੱਡਿਆ। ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ, ਇੱਕ ਵਾਰੀ ਰਾਮ ਰਸ ਆਵੇ ਸਾਈ, ਸਾਰੇ ਰਸ ਖਤਮ ਹੋ ਜਾਂਦੇ ਨੇ। ਆਨ ਨਾ ਰਸਕਸ ਲਵੇ ਨਾ ਲਾਈ, ਕਹੋ ਨਾਨਕ ਗੁਰ ਪਏ ਹੈ ਸਹਾਈ। ਜਦੋਂ ਮਨ ਕਰਕੇ ਗੁਰੂ ਨਾਲ ਸੰਬੰਧ ਬਣ ਜਾਏ, ਫਿਰ ਗੁਰੂ ਸਹਾਈ ਹੋ ਜਾਂਦਾ ਹੈ। ਕਿਸੇ ਦੇ ਰਸ, ਕਿਸੇ ਵੀ ਰਸ ਨੂੰ ਉਹ ਸਪਰਸ਼ ਨਹੀਂ ਕਰਦਾ, ਆਪਣੇ ਨੇੜੇ ਨਹੀਂ ਆਉਣ ਦਿੰਦਾ। ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਦੁਨੀਆਂ ਦੇ ਬੰਦੇ ਆਪਣਾ ਆਪਣਾ ਜ਼ੋਰ ਚਲਾਈ ਜਾਂਦੇ ਆ, ਹੁੰਦਾ ਉਹੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ। ਇੱਕ ਫਿਲਾਸਫਰ ਕਹਿੰਦੇ ਇੱਕ ਨਦੀ ਵਹਿ ਰਹੀ ਹੈ, ਨਦੀ ਵਿੱਚ ਇੱਕ ਹੁਜਤਦਾਰ ਬੰਦਾ ਪੁੱਠਾ ਵਗਣ ਲੱਗ ਗਿਆ, ਸਾਰੇ ਸਿੱਧੇ ਤੁਰ ਰਹੇ, ਜਿੱਦਾਂ ਪਾਣੀ ਦਾ ਵਹਾਅ ਹੋਏ, ਇੱਕ ਬੰਦਾ ਪੁੱਠਾ ਵਹਿ ਰਿਹਾ। ਕਹਿੰਦਾ ਕੀ ਕਰ ਰਿਹਾ? ਕਹਿੰਦੇ ਮੈਂ ਪੁੱਠਾ ਤੁਰਨਾ। ਦੁਨੀਆ ਸਮਝਾ ਰਹੀ ਪੁੱਠਾ ਨਹੀਂ ਤੁਰ ਸਕਦਾ, ਪਾਣੀ ਦਾ ਵਹਾਅ ਇਸ ਪਾਸੇ ਹੈ, ਇਸ ਪਾਸੇ ਨੂੰ ਜਾਏ ਤਰ ਜਾਏਗਾ, ਪਾਰ ਹੋ ਜਾਏਗਾ, ਜਿੱਥੇ ਜਾਣਾ ਚਾਹੁੰਦਾ ਪਹੁੰਚ ਜਾਏਗਾ। ਕਹਿੰਦਾ ਨਹੀਂ ਪੁੱਠਾ ਤੁਰਨਾ। ਥੋੜ੍ਹੇ ਚਿਰ ਹੱਥ ਪੈਰ ਮਾਰੇ, ਥੱਕ ਗਿਆ, ਥੱਕਣ ਤੋਂ ਬਾਅਦ ਮੌਤ ਹੋ ਗਈ। ਜਦ ਮੌਤ ਹੋ ਗਈ ਤਾਂ ਮਰਿਆ ਹੋਇਆ ਸਰੀਰ ਸਿੱਧਾ ਤੁਰਨ ਲੱਗਿਆ। ਦੁਨੀਆਂ ਨੂੰ ਪਤਾ ਹੈ, ਸਮਝਾਉਣ ਵਾਲਿਆਂ ਨੂੰ ਪਤਾ ਹੈ ਕਿ ਪੁੱਠਾ ਨਹੀਂ ਤੁਰ ਸਕਦਾ, ਪਰ ਇਨਸਾਨ ਦਾ ਆਪਣੇ ਹੰਕਾਰ ਦੇ ਵਿੱਚ ਆ ਕੇ ਇੱਕ ਸੁਭਾਅ ਹੈ ਕਿ ਜਿੰਨੀ ਕੋਈ ਉਹਦੇ ਕੋਲ ਤਾਕਤ ਹੈ ਉਹ ਇੱਕ ਵਾਰੀ ਲਗਾਉਣਾ ਚਾਹੁੰਦਾ ਪੁੱਠਾ ਤੁਰ ਕੇ। ਜੋ ਕੁਛ ਕਰੇ ਸੋ ਆਪੇ ਸੁਆਮੀ, ਇਹ ਉਹਦੇ ਪਿਆਰਿਆਂ ਨੂੰ ਪਤਾ ਹੈ ਕਿ ਜੋ ਕੁਛ ਹੋ ਰਿਹਾ, ਮਾਈ ਹੋਣ ਹਾਰ ਸੋ ਹੋਈ ਹੈ, ਨਹੀਂ ਰੋਕ ਸਕਦਾ ਕੋਈ, ਰਾਚ ਰਹੋ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ, ਭਾਈ ਤੂੰ ਕੁਛ ਨਹੀਂ ਕਰ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮਹਿਰ ਕਰਾਵੇ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਕਬੀਰ ਕਹਿੰਦਾ ਮੈਂ ਤਾਂ ਬਲਿਹਾਰ ਜਾਂਦਾ, ਸਦਕੇ ਜਾਂਦਾ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਜੋ ਤੂੰ ਕਰੇਗਾ ਉਹ ਹੀ ਆਉਣਾ ਹੈ। ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਅਤੇ ਜਿਹੋ ਜਿਹੇ ਮਨੁੱਖ ਨੂੰ
ਉਹਦਾ ਹੁਕਮ ਹੁੰਦਾ ਹੈ, ਉਹੋ ਜਿਹੇ ਕੰਮ ਕਰਾਉਂਦਾ ਹੈ। ਹਰ ਬੰਦਾ ਚਾਹੁੰਦਾ ਕਿ ਮੈਂ ਸਿਆਣਾ ਬਣਾ ਸਿਆਣਾ, ਪਰ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਬਾਣਾ, ਤੇਰਾ ਬਾਣਾ ਤੇਰੀ ਰਜਾ। ਉਹੋ ਹੀ ਬੰਦਾ ਕਾਰ ਕਰਦਾ ਹੈ ਜੋ ਉਹਦਾ ਹੁਕਮ ਹੁੰਦਾ ਹੈ। ਇੱਕ ਫਕੀਰ ਨਾਮ ਦੀ ਮਸਤੀ ਦੇ ਵਿੱਚ ਵਾਹਿਗੁਰੂ ਕਰਦਾ ਹੋਇਆ ਜਾ ਰਿਹਾ। ਕਿਸੇ ਸਾਕਤ ਮਨੁੱਖ ਨੇ ਉਹਨੂੰ ਕੋਈ ਚੋਟ ਮਾਰੀ, ਖੂਨ ਵਗਿਆ। ਪਿੱਛੇ ਮੁੜ ਕੇ ਦੇਖਦਾ, ਚੋਟ ਮਾਰਨ ਵਾਲਾ ਬੰਦਾ ਕਹਿੰਦਾ ਤੇਰੇ ਮੂੰਹ ਤੋਂ ਬਚਨ ਹੋ ਰਹੇ ਸੀ, ਵਾਹਿਗੁਰੂ ਜੋ ਕਰਦਾ ਚੰਗਾ ਕਰਦਾ, ਵਾਹਿਗੁਰੂ ਜੋ ਕਰਦਾ ਚੰਗਾ ਕਰਦਾ, ਵਾਹਿਗੁਰੂ ਜੋ ਕਰੇਗਾ ਹੋਏਗਾ। ਅਤੇ ਵਾਹਿਗੁਰੂ ਚੰਗਾ ਕਰਦਾ, ਫਿਰ ਪਿੱਛੇ ਮੁੜ ਕੇ ਕਿਉਂ ਦੇਖ ਰਿਹਾ? ਕਹਿੰਦਾ ਭਲਿਆ, ਮੈਂ ਦੇਖ ਰਿਹਾ ਉਹਦੀ ਰਜਾ ਵਿੱਚ ਮੂੰਹ ਕੇਲਾ ਕਾਲਾ ਕਰਾ ਰਿਹਾ। ਥੋੜ੍ਹੇ ਚਿਰ ਚੱਲਿਆ, ਕੁਛ ਬੰਦੇ ਆ ਗਏ ਜਿਨ੍ਹਾਂ ਨੇ ਦੇਖਿਆ ਇੱਕ ਫਕੀਰ ਜਿਹਦਾ ਕਿਸੇ ਨਾਲ ਬੈਰ ਵਿਰੋਧ ਨਹੀਂ, ਇਹਨੂੰ ਚੋਟ ਮਾਰੀ ਗਈ, ਲੋਕਾਂ ਦੇ ਉਹਦੀ ਮੱਲਮ ਪੱਟੀ ਕੀਤੀ। ਅਤੇ ਫਕੀਰ ਆਪਣੀ ਮਸਤੀ ਵਿੱਚ ਵਾਹਿਗੁਰੂ ਜੋ ਕਰਦਾ ਚੰਗਾ ਕਰਦਾ, ਵਾਹਿਗੁਰੂ ਜੋ ਕਰਦਾ ਚੰਗਾ ਕਰਦਾ। ਅਤੇ ਲੋਕਾਂ ਨੇ ਪੁੱਛਣ ਵਾਲੇ ਪੁੱਛ ਹੀ ਲੈਂਦੇ ਨੇ, ਕਹਿੰਦੇ ਉਹਨੇ ਸੱਟ ਮਾਰੀ ਹੈ, ਤਦ ਵੀ ਤੁਸੀਂ ਕਹਿ ਰਹੇ ਵਾਹਿਗੁਰੂ ਚੰਗਾ ਕਰਦਾ ਹੈ, ਇਹਨਾਂ ਨੇ ਤੁਹਾਡੀ ਮਦਦ ਦਵਾਈ ਦਾਰੂ ਕੀ ਤਦ ਵੀ ਕਹਿੰਦੇ ਚੰਗਾ ਕਰਦਾ ਹੈ, ਫਿਰ ਉਹਦੇ 'ਚ ਇਹਦੇ 'ਚ ਫਰਕ ਕੀ ਹੈ? ਕਹਿੰਦੇ ਉਹ ਵਾਹਿਗੁਰੂ ਦੀ ਰਜਾ ਵਿੱਚ ਮੂੰਹ ਕਾਲਾ ਕਰਾ ਰਿਹਾ, ਇਹ ਵਾਹਿਗੁਰੂ ਰਜਾ ਵਿੱਚ ਆਪਣਾ ਮੂੰਹ ਸੁਰਖਰੂ ਕਰਾ ਰਿਹਾ, ਇੰਨਾ ਫਰਕ ਹੈ। ਉਹ ਵੀ ਵਾਹਿਗੁਰੂ ਨੇ ਕਰਾਇਆ, ਇਹ ਵੀ ਵਾਹਿਗੁਰੂ ਨੇ ਕਰਾਇਆ, ਇਹ ਮੂੰਹ ਕਾਲਾ ਕਰਾ ਰਿਹਾ, ਇਹ ਮੁੱਖ ਉਜਲਾ ਕਰਾ ਰਿਹਾ। ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਉਹ ਵਾਹਿਗੁਰੂ ਆਪੇ ਹੀ ਮਤ ਦਿੰਦਾ ਹੈ, ਉਸਤਤ ਹੁੰਦੀ ਹੈ ਸਾਰੇ ਸੰਸਾਰ ਦੇ ਵਿੱਚ। ਫਲਾਣਾ ਬੰਦਾ ਬੜਾ ਭਲਾ ਹੈ, ਬਹੁਤ ਵੱਡਾ ਇੰਜੀਨੀਅਰ ਹੈ, ਬਹੁਤ ਵੱਡਾ ਵਪਾਰੀ ਹੈ, ਬਹੁਤ ਵੱਡਾ ਭਜਨੀਕ ਹੈ, ਪਰ ਉਹ ਵਾਹਿਗੁਰੂ ਹੀ ਹੈ ਜਿਹੜਾ ਆਪਣੀ ਰਜਾ ਦੇ ਵਿੱਚ ਸਾਰਾ ਕੁਛ ਕਰ ਰਿਹਾ। ਅਤੇ ਜਿਹੜੇ ਉਹਦੇ ਪਿਆਰੇ ਹੁੰਦੇ ਹਨ, ਜਦੋਂ ਉਹਨਾਂ ਦੀ ਤਾਰੀਫ ਕੀਤੀ ਜਾਏ ਤਾਂ ਉਹ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰ ਦਿੰਦੇ, ਕਹਿੰਦੇ ਉਹਦੀ ਕਿਰਪਾ ਹੈ, ਉਹਦੀ ਰਜਾ ਹੈ, ਨਾ ਕੁਛ ਕੀਆ ਨਾ ਕਰੇਂਗੇ ਨਾ ਕਰ ਸਕਿਆ ਸਰੀਰ, ਜੋ ਕੁਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਇੱਕ ਰਾਜਾ ਹੈ, ਇਹਨੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਕਿ ਕਮਾਈ ਦਾ ਦਸਵਾਂ ਹਿੱਸਾ ਅਸੀਂ ਦਸਵੰਧ ਕੱਢਣਾ ਹੈ। ਦਸਵੰਧ ਉਹਨੇ ਲਿਆ ਕੇ ਅਤੇ ਸਵੇਰੇ ਟਾਈਮ ਰੱਖਿਆ ਵੰਡਣ ਦਾ, ਉਹ ਵੰਡੀ ਜਾਏ, ਲੋਕ ਲਈ ਜਾਣ। ਇੱਕ ਅੱਧੇ ਬੰਦੇ ਜਿਹੜੇ ਐਸੇ ਸਨ, ਹੁੰਦੇ ਹੀ ਹੈ ਦੁਨੀਆ 'ਚ, ਜਿਹੜੇ ਦੋ ਦੋ ਤਿੰਨ ਤਿੰਨ ਵਾਰੀ ਲਾਈਨਾਂ 'ਚ ਲੱਗ ਜਾਣ ਅਤੇ ਪੈਸੇ ਲਈ ਜਾਣ। ਅਤੇ ਰਾਜੇ ਨੇ ਅੱਖਾਂ ਬੰਦ ਕੀਤੀਆਂ ਹੋਈਆਂ, ਉਹ ਮੁੱਠੀ ਭਰੇ ਅਤੇ ਦਈ ਜਾਏ, ਮੁੱਠੀ ਭਰੇ ਅਤੇ ਦਈ ਜਾਏ। ਜਦੋਂ ਰਾਜਾ ਇਸ ਕਾਰਜ ਤੋਂ ਵਿਹਲਾ ਹੋਇਆ ਅਤੇ ਲੋਕਾਂ ਨੇ ਦੱਸਿਆ, ਕਹਿੰਦੇ ਰਾਜਨ ਤੂੰ ਜਿਹੜੀ ਮਾਇਆ ਦਿੰਦਾ ਹੈ, ਕਈ ਵਾਰੀ ਦੇਖਿਆ ਗਿਆ ਕਿ ਕੁਛ ਲੋਕ ਦੋ ਦੋ ਚਾਰ ਚਾਰ ਵਾਰੀ ਲਾਈਨ 'ਚ ਲੱਗ ਕੇ ਚਾਰ ਚਾਰ ਵਾਰੀ ਲੈ ਜਾਂਦੇ ਨੇ। ਅੱਖਾਂ ਖੋਲ੍ਹ ਕੇ ਦਾਨ ਕਰਿਆ ਕਰ, ਅੱਖਾਂ ਬੰਦ ਕਰਕੇ ਨਹੀਂ। ਕਹਿੰਦਾ ਨਹੀਂ, ਮੈਨੂੰ ਸ਼ਰਮ ਆਉਂਦੀ ਹੈ। ਕਹਿੰਦਾ ਕਿਸ ਗੱਲ ਦੀ ਸ਼ਰਮ ਆਉਂਦੀ ਹੈ?
ਕਹਿੰਦੇ ਇਹ ਧਨ ਦਿੱਤਾ ਹੋਇਆ ਵਾਹਿਗੁਰੂ ਦਾ, ਮਾਲ ਦਿੱਤਾ ਹੋਇਆ ਵਾਹਿਗੁਰੂ ਦਾ, ਪੈਸਾ ਦਿੱਤਾ ਹੋਇਆ ਵਾਹਿਗੁਰੂ ਦਾ, ਸ਼ੌਹਰਤ ਦਿੱਤੀ ਹੋਈ ਵਾਹਿਗੁਰੂ ਦੀ, ਰਾਜ ਦਿੱਤਾ ਹੋਇਆ ਵਾਹਿਗੁਰੂ ਦਾ, ਪਰ ਲੋਕ ਪੈਸੇ ਦੇ ਖਾਤਰ ਕਹਿੰਦੇ ਨੇ ਧਨ ਰਾਜਾ, ਧਨ ਰਾਜਾ, ਧਨ ਰਾਜਾ। ਕਹਿਣਾ ਚਾਹੀਦਾ ਧਨ ਵਾਹਿਗੁਰੂ, ਧਨ ਵਾਹਿਗੁਰੂ, ਧਨ ਵਾਹਿਗੁਰੂ, ਪਰ ਲੋਕ ਨਹੀਂ। ਜਦੋਂ ਕਹਿੰਦੇ ਨੇ ਤਾਂ ਮੈਂ ਸੋਚਦਾ ਜਦੋਂ ਉਹ ਮੇਰਾ ਰਾਜਾ ਸੁਣੇਗਾ, ਮੇਰਾ ਵਾਹਿਗੁਰੂ ਸੁਣੇਗਾ, ਤਾਂ ਮੈਨੂੰ ਸ਼ਰਮ ਨਹੀਂ ਆਏਗੀ, ਇਸ ਕਰਕੇ ਮੈਂ ਅੱਖਾਂ ਬੰਦ ਕਰ ਲੈਂਦਾ। ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਉਹ ਵਾਹਿਗੁਰੂ ਚੰਗੀ ਮਤ ਆਪ ਹੀ ਦਿੰਦਾ ਹੈ। ਅਤੇ ਆਪ ਹੀ ਉਹ ਬਚਨ ਕਰਾਉਂਦਾ ਹੈ ਰਸਨਾ ਤੋਂ। ਕਊਆ ਕਿਸ ਕਾ ਧਨ ਹਰੈ, ਕੋਇਲ ਕਿਸ ਕੋ ਦੇ, ਮੀਠੇ ਬਚਨ ਸੁਣਾਏ ਕੈ ਜਗ ਬਸ ਮੈਂ ਕਰ ਲੇ। ਕਾਂਦੇ ਵਿਚਾਰੇ ਦੇ ਵਸ ਨਹੀਂ ਕਿ ਕੋਇਲ ਦੀ ਬੋਲੀ ਬੋਲੇ। ਜਿਹੋ ਜੇ ਕਰਮ ਹੈ ਉਹੋ ਜਿਹਾ ਜਨਮ ਹੈ। ਕਾਂ ਦੀ ਲੋਕ ਨਿੰਦਾ ਕਰਦੇ ਹਨ, ਜਿੱਥੇ ਵੀ ਬੋਲਦਾ ਹੈ ਬੋਲੀ ਨਹੀਂ ਸਿਖਾਉਂਦੀ, ਉਡਾਉਂਦੇ ਨੇ, ਬਜਾਉਂਦੇ ਨੇ, ਡਰਾਉਂਦੇ ਨੇ। ਕੋਇਲ ਜਿੱਥੇ ਬੋਲ ਰਹੀ ਹੁੰਦੀ ਹੈ ਸਾਰੇ ਲੋਕ ਉਹਦੇ ਵੱਲ ਵੇਖਦੇ ਨੇ, ਕੋਈ ਨਹੀਂ ਉਡਾਉਂਦਾ, ਕੋਈ ਨਹੀਂ ਬਜਾਉਂਦਾ, ਪਰ ਆਪੇ ਬੋਲ ਬੁਲਾਵੇ। ਕਾਂ ਦੇ ਵਸ ਦੀ ਗੱਲ ਨਹੀਂ ਕਿ ਕੋਇਲ ਦੀ ਬੋਲੀ ਬੋਲੇ, ਆਪੇ ਬੋਲ ਬੁਲਾਵੇ। ਉਹ ਆਪ ਬੁਲਾ ਰਿਹਾ, ਬੁਲਾਉਣ ਵਾਲਾ ਉਹ ਆਪ ਹੈ। ਆ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਪਰ ਸਰੀਰ ਦੀ ਰਚਨਾ ਪੰਜਾਂ ਤੱਤਾਂ 'ਤੇ ਹੋਈ ਹੈ। ਅਤੇ ਸਤਿਗੁਰੂ ਕਹਿੰਦੇ ਕੋਈ ਛੇਵਾਂ ਪਾ ਕੇ ਵਿਖਾਓ। ਛਿਤ ਜਲ ਪਾਵਕ ਗਗਨ ਸਮੀਰਾ, ਪੰਜ ਤੱਤ ਮਿਲ ਬਣਾ ਸਰੀਰਾ। ਛਿਤ ਧਰਤੀ, ਜਲ ਪਾਣੀ, ਪਾਵਕ ਅੱਗ, ਗਗਨ ਅਸਮਾਨ, ਸਮੀਰਾ ਹਵਾ, ਇਹ ਪੰਜਾਂ ਤੱਤਾਂ ਦਾ ਮਿਲ ਕੇ ਬਣਿਆ ਹੋਇਆ। ਛੇਵਾਂ ਨਹੀਂ ਕੋਈ ਇਹਦੇ 'ਚ ਪਾ ਸਕਦਾ। ਹਰ ਆਪੇ ਪੰਜ ਤੱਤ ਵਿਸਥਾਰਾ, ਪੰਜਾਂ ਤੱਤਾਂ ਦਾ ਉਹਨੇ ਆਪ ਵਿਸਥਾਰ ਕੀਤਾ ਹੋਇਆ। ਵਿੱਚ ਧਾਤੂ ਪੰਚ ਆਪ ਪਾਵੈ, ਪੰਜ ਧਾਤੂਆਂ ਪਾਤੀਆਂ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹਦੇ ਕਰਕੇ ਸਾਰੀ ਦੁਨੀਆ ਇਸੇ ਵਿੱਚ ਲੱਗੀ ਹੋਈ ਹੈ, ਪੰਜ ਧਾਤੂ ਦੇ ਵਿੱਚ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਜਗਰ ਚੁਕਾਵੇ। ਸਤਿਗੁਰੂ ਜਗਤ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਸਤਿਗੁਰੂ ਮੇਲੇ ਆਪੇ। ਉਹ ਆਪੇ ਮਿਲਾ ਲੈਂਦਾ, ਆਪੇ ਮਿਲਾ ਲੈਂਦਾ। ਹਉ ਤੁਮਰੀ ਕਰੋਂ ਨਿਤਿਆਸ, ਪ੍ਰਭ ਮੋਏ ਕਬ ਗੱਲ ਲਾਵੇਂਗੇ। ਮਨ ਦੇ ਵਿੱਚ ਸੰਕਲਪ ਲਿਆਉਣਾ ਪਏਗਾ, ਮਨ ਦੇ ਵਿੱਚ ਭਾਵਨਾ ਲਿਆਉਣੀ ਪਏਗੀ। ਉਹਦੇ ਘਰ ਦਾ ਤੇ ਸੁਭਾਅ ਹੈ ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ।
ਉਹਦੇ ਮਾਰਗ 'ਤੇ ਕੋਈ ਇੱਕ ਕਦਮ ਰੱਖੇ ਸਹੀ, ਭਾਵਨਾ ਹੋਵੇ, ਕਰੋੜਾਂ ਕਦਮ ਚੱਲ ਕੇ ਉਹ ਆਪ ਲੈਣ ਵਾਸਤੇ ਆ ਜਾਂਦਾ। ਜਾਂ ਨਾਨਕ ਸਤਿਗੁਰ ਮਿਲੇ ਆਪੇ, ਆਪ ਲੈਣ ਵਾਸਤੇ ਆ ਜਾਂਦਾ। ਆਪੇ ਜਗਰ ਚੁਕਾਵੇ ਅਤੇ ਜਿਹੜਾ ਪੰਜਾਂ ਦਾ ਝਗੜਾ ਹੈ ਉਸਨੂੰ ਆਪ ਮੁਕਾ ਦਿੰਦਾ ਹੈ। ਸਾਧ ਸਿੰਘ ਜੀਓ, ਗੁਰੂ ਨਾਨਕ ਦੇ ਘਰ ਦੀ ਐਸੀ ਮਹਿਮਾ ਹੈ ਕਿ ਜੋਗੀ ਅੱਲਾ ਯਾਰ ਖਾਂ ਜਿਸ ਨੇ ਦੋ ਕਿਤਾਬਾਂ ਬਾ ਕਮਾਲ ਲਿਖੀਆਂ, ਕਿਤਾਬਾਂ ਲਿਖਣ ਕਰਕੇ ਇਹਨੂੰ ਇਸਲਾਮ 'ਚੋਂ ਕੱਢ ਦਿੱਤਾ ਗਿਆ। ਉਹ ਲਿਖਦਾ ਹੈ, ਕਹਿੰਦੇ ਏਕ ਹੀ ਤੀਰਥ ਹੈ ਹਿੰਦੁਸਤਾਨ ਮੈਂ, ਯਾਤਰਾ ਕੇ ਲੀਏ ਬਾਪ ਨੇ ਜਾਂ ਘਟਾਏ ਬੇਟੇ ਖੁਦਾ ਕੇ ਲੀਏ। ਜੋਗੀ ਅੱਲਾ ਯਾਰ ਖਾਂ ਕਿਤਾਬਾਂ ਜਦੋਂ ਲਿਖੀਆਂ ਅਤੇ ਮੁਸਲਮਾਨਾਂ ਨੂੰ ਪਤਾ ਲੱਗਿਆ, ਉਹ ਕਹਿਣ ਲੱਗੇ ਵੀ ਇਹਨੇ ਕਾਫਰ ਦੀ ਤਾਰੀਫ ਕੀਤੀ ਹੈ, ਇਸ ਕਰਕੇ ਇਸਲਾਮ ਦੇ ਵਿੱਚੋਂ ਕੱਢ ਦਿੱਤਾ ਜਾਏ। ਇਸਲਾਮ ਦੇ ਵਿੱਚੋਂ ਫਤਵਾ ਜਾਰੀ ਹੋਇਆ, ਜੋਗੀ ਅੱਲਾ ਯਾਰ ਖਾਨ ਨੂੰ ਕੱਢ ਦਿੱਤਾ ਜਾਏ। ਉਹਨੂੰ ਕੱਢਣ ਤੋਂ ਬਾਅਦ ਕੋਈ ਬੰਦਾ ਜਦੋਂ ਗੁਸਤਾਖੀ ਕਰ ਬੈਠਦਾ, ਉਸ ਤੋਂ ਬਾਅਦ ਪਤਾ ਲੱਗਦਾ ਵੀ ਮੈਂ ਚੰਗਾ ਕੀਤਾ ਕਿ ਮਾੜਾ ਕੀਤਾ। ਕਹਿੰਦੇ ਬੜਾ ਸਿਆਣਾ, ਇੰਨਾ ਵਿਦਵਾਨ ਪ੍ਰਚਾਰਕ ਹੈ, ਆਪਾਂ ਉਹਨੂੰ ਇਸਲਾਮ ਦੇ ਵਿੱਚੋਂ ਕੱਢ ਦਿੱਤਾ, ਜੇ ਵਾਪਸ ਲਿਆਂਦਾ ਜਾਏ ਇਸਲਾਮ ਦਾ ਪ੍ਰਚਾਰਕ ਪ੍ਰਚਾਰ ਕਰੇਗਾ, ਇਸਲਾਮ ਪ੍ਰਫੁੱਲਤ ਹੋਏਗਾ, ਇਸਲਾਮ ਦੇ ਚਾਰ ਚੰਨ ਲੱਗਣਗੇ, ਇਹਨੂੰ ਵਾਪਸ ਲਿਆਂਦਾ ਜਾਏ। ਕਹਿੰਦੇ ਈਦ ਵਾਲਾ ਦਿਹਾੜਾ ਸੀ ਅਤੇ ਬਹੁਤ ਸਾਰੇ ਮੁਸਲਮਾਨ ਜੋਗੀ ਅੱਲਾ ਯਾਰ ਖਾਂ ਦੇ ਘਰ ਆ ਗਏ। ਉਹ ਕਹਿਣ ਲੱਗੇ, ਜੋਗੀ ਸਾਹਿਬ ਅਸੀਂ ਤੁਹਾਡੇ ਕੋਲ ਅੱਜ ਇਸ ਕਰਕੇ ਆਏ ਹਾਂ ਕਿ ਈਦ ਦਾ ਮੁਬਾਰਕ ਦਿਹਾੜਾ ਹੈ, ਤੁਸੀਂ ਮਸਜਿਦ ਵਿੱਚ ਚਲੋ ਅਤੇ ਨਵਾਜ਼ ਪੜ੍ਹ ਲਓ ਅਤੇ ਆਪਣਾ ਕੁਫਰ ਬਖਸਵਾ ਲਓ। ਉਹ ਕਹਿੰਦਾ ਕਹਿੰਦਾ ਮੈਂ ਮਸਜਿਦ ਚੱਲਣ ਨੂੰ ਤਿਆਰ ਹਾਂ, ਨਵਾਜ਼ ਪੜ੍ਹਨ ਨੂੰ ਤਿਆਰ ਹਾਂ, ਪਰ ਮੈਂ ਕੋਈ ਗਲਤੀ ਨਹੀਂ ਕੀਤੀ ਅਤੇ ਮੈਂ ਮਾਫ਼ੀ ਨਹੀਂ ਮੰਗਾਂਗਾ, ਮੈਂ ਕੋਈ ਗਲਤੀ ਨਹੀਂ ਕੀਤੀ। ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ 'ਤੇ ਧੋਵੇ, ਦੁਨੀਆ ਰੰਗ ਨਾ ਆਵੇ ਨੇੜੇ। ਮੁਸਲਮਾਨ ਸੱਚ ਦਾ ਪਹਿਰੇਦਾਰ ਹੈ, ਅਸੀਂ ਸੱਚ ਦੇਖਿਆ, ਸੱਚ ਲਿਖਿਆ, ਮੈਂ ਮਾਫ਼ੀ ਨਹੀਂ ਮੰਗਾਂਗਾ। ਕਹਿੰਦੇ ਜੇ ਮਾਫ਼ੀ ਨਹੀਂ ਮੰਗੇਗਾ ਤਾਂ ਫਿਰ ਖੁਦਾ ਦੇ ਘਰ ਦੇ ਵਿੱਚ ਤੂੰ ਨਹੀਂ ਜਾ ਸਕਦਾ, ਪ੍ਰਵੇਸ਼ ਨਹੀਂ ਕਰ ਸਕਦਾ। ਉਹ ਕਹਿੰਦਾ ਜਿੰਨੇ ਵੀਰ ਤੁਸੀਂ ਇੱਥੇ ਆਏ ਹੋ, ਆਪਣੇ ਸੀਨੇ 'ਤੇ ਹੱਥ ਮਾਰ ਕੇ ਨਹੀਂ ਕਹਿ ਸਕਦੇ ਕਿ ਮੈਂ ਪੰਜਾਂ ਵਖਤ ਦਾ ਨਿਵਾਜੀ ਹਾਂ, ਪਰ ਮੈਂ ਆਪਣੇ ਸੀਨੇ 'ਤੇ ਹੱਥ ਮਾਰ ਕੇ ਕਹਿ ਰਿਹਾ ਮੈਂ ਪੰਜਾਂ ਵਖਤ ਦਾ ਨਿਵਾਜੀ ਹਾਂ। ਕਹਿੰਦੇ ਫਿਰ ਕਿੱਥੇ ਨਿਵਾਜ਼ ਪੜ੍ਹਦਾ? ਕਹਿੰਦਾ ਮੈਂ ਆਪਣੀ ਮਸੀਤ ਵਿੱਚ ਪੜ੍ਹਦਾ। ਕਹਿੰਦੇ ਤੇਰੀ ਮਸੀਤ ਕਿੱਥੇ ਹੈ? ਕਹਿੰਦਾ ਮੇਹਰ ਮਸੀਤ ਰੱਬ ਦੀ ਜਿਹੜੀ ਰਜ਼ਾ ਹੈ ਉਹਦੀ ਮਸਜਿਦ ਵਿੱਚ ਪੜ੍ਹਦਾ। ਮੇਹਰ ਮਸੀਤ
ਸਿਦਕ ਮੁਸੱਲਾ ਚਟਾਈ ਥੱਲੇ ਵਿਛਾਉਣ ਵਾਲੀ ਸਿਦਕ ਦੀ ਬਣੀ ਹੋਈ ਹੈ ਮੇਰੀ ਮਹਿਰ ਮਸੀਹ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਇਹ ਮੇਰੀ ਕੁਰਾਨ ਹੈ ਹੱਕ ਅਤੇ ਹਲਾਲ ਦੀ ਕਮਾਈ ਕਰਨੀ ਮਹਿਰ ਮਸੀਹ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਸ਼ਰਮ ਦੀ ਸੁਨਤ ਹੈ ਸੀਲ ਮੇਰੇ ਰੋਜ਼ਾ ਹਨ ਹੋ ਮੁਸਲਮਾਨ ਕਰਨੀ ਕਾਬਾ ਕਾਬਾ ਦੇ ਮੈਂ ਰੋਜ਼ ਦਰਸ਼ਨ ਕਰਦਾ ਮੇਰੀ ਕਰਨੀ ਪਵਿੱਤਰ ਹੈ ਕਬੀਰ ਮਨ ਐਸੇ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਖੁਦਾ ਤਾਂ ਮੈਨੂੰ ਲੱਭਦਾ ਫਿਰਦਾ ਤੁਸੀਂ ਖੁਦਾ ਨੂੰ ਲੱਭਦੇ ਫਿਰਦੇ ਹੈ ਖੁਦਾ ਸਾਨੂੰ ਲੱਭਦਾ ਫਿਰਦਾ ਮਹਿਰ ਮਸੀਹ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਵਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਾਤ ਸੁਭਾਵ ਸੀ ਨਾਨਕ ਰੱਖੇ ਲਾਜ ਉਹਨੇ ਐਸੇ ਨਿਵਾਜੀ ਦੀ ਲਾਜ ਰੱਖਣੀ ਹੈ ਐਸੇ ਨਿਵਾਜੀ ਦੀ ਲਾਜ ਨਹੀਂ ਰੱਖਣੀ ਜਿਹੜਾ ਉਸ ਬਿਲਡਿੰਗ ਵਿੱਚ ਜਾ ਕੇ ਪੱਥਰਬਾਜ਼ੀ ਹੋਵੇ ਤਲਵਾਰਬਾਜ਼ੀ ਹੋਵੇ ਗੋਲੀਬਾਜ਼ੀ ਹੋਵੇ ਨਾ ਨਾਨਕ ਰੱਖੇ ਲਾਜ ਖੁਦਾ ਉਹਦੀ ਲੱਜਿਆ ਰੱਖਦਾ ਹੈ ਇਸ ਕਰਕੇ ਮੈਂ ਮਸਜਿਦ ਜਾਣ ਨੂੰ ਤਿਆਰ ਨਹੀਂ ਮੈਂ ਮਾਫ਼ੀ ਮੰਗਣ ਨੂੰ ਤਿਆਰ ਨਹੀਂ ਕਹਿੰਦੇ ਖੁਦਾ ਦੇ ਤੇਰੇ ਦਰਵਾਜ਼ੇ ਤੇਰੇ ਵਾਸਤੇ ਬੰਦ ਹੋਣਗੇ ਕਹਿੰਦੇ ਖੁਦਾ ਤੁਹਾਡਾ ਗੁਲਾਮ ਨਹੀਂ ਖੁਦਾ ਤੁਹਾਡਾ ਖਰੀਦਿਆ ਨਹੀਂ ਖੁਦਾ ਤੁਹਾਡੇ ਕਾਬੂ 'ਚ ਨਹੀਂ ਪਰ ਤੁਹਾਡੀਆਂ ਮੈਂ ਸਾਰੀਆਂ ਗੱਲਾਂ ਮੰਨ ਲੈਂਦਾ ਜੇ ਖੁਦਾ ਦੇ ਦਰਵਾਜ਼ੇ ਬੰਦ ਹੋਣਗੇ ਗੁਰੂ ਗੋਬਿੰਦ ਸਿੰਘ ਦਾ ਦਰਵਾਜ਼ਾ ਮੇਰੇ ਵਾਸਤੇ ਖੁੱਲ੍ਹਾ ਹੋਏਗਾ ਮੈਂ ਉਹਦੀ ਗੋਦ 'ਚ ਜਾ ਕੇ ਬੈਠ ਜਾਵਾਂਗਾ ਐਸਾ ਗੁਰੂ ਘਰ ਦਾ ਲੋਕਾਂ ਦੇ ਵਿੱਚ ਅਸਰ ਹੈ ਐਸੀ ਗੁਰੂ ਘਰ ਦੀ ਮਰਿਆਦਾ ਹੈ ਇੱਥੇ ਕੋਈ ਬੈਰੀ ਨਹੀਂ ਹੈ ਕੋਈ ਬੇਗਾਨਾ ਨਹੀਂ ਹੈ ਸਾਧ ਸੰਗਤ ਜੀਓ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰ ਰਿਹਾ ਹਾਂ ਸਾਧ ਸੰਗਤ ਜੀਓ ਅੱਜ ਬਹੁਤ ਸਾਰਾ ਉਪਰਾਲਾ ਕਰਨ ਦੀ ਲੋੜ ਹੈ ਸਿੱਖੀ ਦੀ ਜਿਹੜੀ ਖੂਬਸੂਰਤੀ ਹੈ ਇਹ ਕੁਛ ਘਟਦੀ ਦੀ ਜਾ ਰਹੀ ਹੈ ਇਹਦੇ ਵਿੱਚ ਹਰ ਸਿੱਖ ਪ੍ਰਚਾਰਕ ਹੈ ਗ੍ਰੰਥੀ ਸਿੰਘ ਰਾਗੀ ਸਿੰਘ ਪ੍ਰਬੰਧਕ ਸਿੰਘ ਇਕੱਲੇ ਪ੍ਰਚਾਰਕ ਨਹੀਂ ਹਰ ਸਿੱਖ ਹਰ ਗੁਰਸਿੱਖ ਪ੍ਰਚਾਰਕ ਹੈ ਰਾਜਸਥਾਨ 'ਚ ਇੱਕ ਕਿਲ੍ਹਾ ਹੈ ਇੱਕ ਪੁਸਤਕ ਹੈ ਜਿਹਦਾ ਨਾਮ ਹੈ ਸਫ਼ਰਨਾਮਾ ਉਹਦਾ ਲਿਖਾਰੀ ਹੈ ਈਸ਼ਰ ਸਿੰਘ ਨਾਰਾ ਉਹ ਕਹਿੰਦਾ ਇਸ ਕਿਲ੍ਹੇ ਦੇ ਵਿੱਚ ਕੁਛ ਸਮਾਂ ਪਹਿਲਾਂ ਇੱਕ 3 ਫੁੱਟੀ ਤਲਵਾਰ ਖੁੱਭੀ ਹੋਈ ਸੀ ਦਸਤਾ ਬਾਹਰ ਨਿਕਲਿਆ ਹੋਇਆ ਸੀ ਅਤੇ ਇੱਕ ਦਿਹਾੜੇ ਐਸਾ ਹੋਇਆ ਕੋਈ ਅੰਗਰੇਜ਼ ਆਇਆ ਉਸਨੇ ਇਸ ਨੂੰ ਦੇਖਿਆ ਅਤੇ ਆਂਢ ਗੁਆਂਢ ਦੇ ਲੋਕਾਂ ਨੂੰ ਪੁੱਛਿਆ ਕਹਿੰਦੇ ਗੱਲ ਸਮਝ ਨਹੀਂ ਆਈ ਇਹ ਤਲਵਾਰ ਦੀ ਧਾਰ ਸਾਰੀ ਅੰਦਰ ਹੈ ਦਸਤਾ ਬਾਹਰ ਹੈ ਇਹ ਕੀ ਹਿਸਾਬ ਕਿਤਾਬ ਹੈ ਅਤੇ ਕੁਛ ਲੋਕਾਂ ਨੇ ਦੱਸਿਆ ਕਹਿੰਦੇ ਅਸੀਂ ਰਾਜਪੂਤ ਹਾਂ ਸਾਡਾ ਰਾਜਪੂਤਾਂ ਨਾਲ ਕਰਤੱਵ ਹੈ ਸਾਡੇ ਬਜ਼ੁਰਗਾਂ ਨੇ ਆਪਣੀ ਵੀਰਤਾ ਦਾ ਜੌਹਰ ਦਿਖਾਉਂਦੇ ਹੋਏ ਇਹ ਤਲਵਾਰ ਪੱਥਰ ਦੇ ਵਿੱਚ ਖੁਬੋ ਦਿੱਤੀ ਅੰਗਰੇਜ਼ ਕਹਿੰਦਾ ਇੰਡੀਆ ਵਾਲੇ ਝੂਠ ਬਹੁਤ ਬੋਲਦੇ ਇਹ ਤਾਂ ਵਿਸ਼ਵਾਸ ਕਿਸ ਤਰ੍ਹਾਂ ਕੀਤਾ ਜਾਵੇ ਹੁਣ ਸਾਰੇ ਇੱਕ ਦੂਜੇ ਨੂੰ ਪੁੱਛਣ ਬਈ ਇਹਦੀ ਤਸੱਲੀ ਕਿਵੇਂ ਕਰਾਈ ਜਾਏ ਸਵਾਲ ਬੜਾ ਪੇਚੀਦਾ ਬਣ ਗਿਆ ਇੱਕ ਦੂਜੇ ਨੂੰ ਪੁੱਛਦੇ ਪੁੱਛਦੇ ਅਖੀਰ 'ਤੇ ਕੋਈ ਇੱਕ ਬਜ਼ੁਰਗ ਸੀ ਉਹਨੂੰ ਪੁੱਛਿਆ ਗਿਆ ਉਹ ਕਹਿੰਦੇ ਬਈ ਮੈਂ ਅੰਗਰੇਜ਼ੀ ਬੋਲਣਾ ਤਾਂ ਜਾਣਦਾ ਨਹੀਂ ਪਰ ਤੁਹਾਡੇ ਵਰਗੇ ਗੁਰਮੁਖ ਜਿਹੜੇ ਬੈਠੇ ਨੇ ਅੰਗਰੇਜ਼ੀ ਜਾਣਦੇ ਨੇ ਮੇਰੀ ਗੱਲ ਕਰਾਓ ਉਹ ਕਹਿਣ ਲੱਗਿਆ
ਕਹਿੰਦਾ ਇਹ ਕਿਸ ਤਰ੍ਹਾਂ ਖੁਬੋਈ ਗਈ? ਉਹ ਕਹਿੰਦਾ ਅਸੀਂ ਰਾਜਪੂਤ ਹਾਂ, ਛਤਰੀ ਹਾਂ, ਇਹ ਸਾਡਾ ਕਰਤੱਵ ਹੈ, ਇਹ ਸਾਡੀ ਵੀਰਤਾ ਹੈ, ਵੀਰ ਰਸ ਵਿੱਚ ਆ ਕੇ ਖੁਬੋਈ ਗਈ। ਗੋਰਾ ਕਹਿੰਦਾ ਜੇਕਰ ਤੁਸੀਂ ਇਹਨੂੰ ਕੱਢ ਕੇ ਦਿਖਾ ਦਿਓ ਮੈਂ ਮੰਨ ਜਾਵਾਂਗਾ, ਬਾਕੀ ਤੁਸੀਂ ਛਤਰੀ ਹੋ। ਹੁਣ ਸਾਰਿਆਂ ਨੇ ਮੂੰਹ ਨਿਵੇਂ ਪਾ ਲਏ। ਉਹ ਬਜ਼ੁਰਗ ਕਹਿੰਦਾ ਮਾਹੌਲ ਤੂੰ ਬਣਾ, ਕਿਰਪਾਨ ਕੱਢੀ ਜਾਏਗੀ। ਕਹਿੰਦਾ ਖਰਚਾ ਮੈਂ ਕਰਾਂਗਾ ਪਰ ਮਾਹੌਲ ਕਿਸ ਤਰ੍ਹਾਂ ਬਣਨਾ ਉਹ ਤੁਸੀਂ ਦੱਸੋ। ਉਹ ਕਹਿੰਦਾ ਅਸੀਂ ਸਾਲ ਦੇ ਸਾਲ ਪੂਰੀ ਦੁਨੀਆ ਤੋਂ ਯੋਧਿਆਂ ਨੂੰ ਬੁਲਾਉਂਦੇ ਸੀ, ਮੇਲਾ ਲੱਗਦਾ ਸੀ, ਉਸ ਮੇਲਾ ਦੇ ਵਿੱਚ ਐਸਾ ਮਾਹੌਲ ਬਣਦਾ ਸੀ ਜਿਹਦਾ ਪ੍ਰਮਾਣ ਤੁਹਾਡੇ ਸਾਹਮਣੇ ਹੈ। ਉਹ ਕਹਿੰਦਾ ਖਰਚਾ ਮੈਂ ਕਰਾਂਗਾ ਪਰ ਤੁਸੀਂ ਇਹਨੂੰ ਕੱਢ ਕੇ ਦਿਖਾਓ। ਕਹਿੰਦੇ ਉਸ ਬਜ਼ੁਰਗ ਨੇ ਪੁਰਾਣੀ ਸਾਰੀ ਡਾਇਰੀਆਂ ਕੱਢੀਆਂ ਅਤੇ ਪੂਰੇ ਵਰਲਡ ਦੇ ਵਿੱਚ ਚਿੱਠੀਆਂ ਭੇਜੀਆਂ ਗਈਆਂ, ਕੋਈ ਵੀ ਸੂਰਮਾ ਹੈ ਉਹ ਆਪਣਾ ਕਰਤੱਵ ਆਪਣਾ ਜੋਹਰ ਦਿਖਾਉਣ ਵਾਸਤੇ ਆ ਸਕਦਾ ਹੈ। ਅਤੇ ਜਦੋਂ ਸਾਰੇ ਲੋਕ ਆਏ, ਜਿਸ ਤਰ੍ਹਾਂ ਮੇਲਾ ਭਰਦਾ ਸੀ ਉਸ ਤਰ੍ਹਾਂ ਮੇਲਾ ਭਰਿਆ, ਸਾਰਿਆਂ ਨੇ ਆਪਣੇ ਆਪਣੇ ਕਰਤੱਵ ਦਿਖਾਉਣੇ ਸ਼ੁਰੂ ਕੀਤੇ। ਕਹਿੰਦੇ ਇੱਕ ਸੂਰਮਾ ਆਇਆ ਕੁੰਡੀਆਂ ਮੁੱਛਾਂ ਵਾਲਾ ਜਵਾਨ, ਅਤੇ ਉਹਨੇ ਗੱਤਕਾ ਖੇਡਦਾ ਹੋਇਆ ਆਪਣੇ ਪੂਰੇ ਵੀਰ ਰਸ ਦੇ ਨਾਲ ਕਿਰਪਾਨ ਕੱਢ ਕੇ ਅਤੇ ਉਹਦੇ ਹੱਥ ਵਿੱਚ ਫੜਾਤੀ। ਸਾਧ ਸਿੰਘ ਜੀ ਉਹ ਕਹਿੰਦਾ ਭਾਵ ਹੈ ਮਾਹੌਲ ਬਣਾਇਆ ਗਿਆ, ਕਿਰਪਾਨ ਪੱਥਰ ਦੇ ਵਿੱਚ ਖੁਬੋ ਦਿੱਤੀ ਗਈ, ਮਾਹੌਲ ਬਣਾਇਆ ਗਿਆ, ਬਾਹਰ ਆ ਗਈ। ਇੱਕ ਦਿਨ ਸੀ ਜਦੋਂ ਹਰ ਘਰ ਦੇ ਵਿੱਚ ਇੱਕ ਬੱਚਾ ਸਿੱਖ ਬਣਦਾ ਸੀ, ਅਤੇ ਅੱਜ ਸਾਬਤ ਸੂਰਤ ਰੱਬ ਦੀ ਭਾਨੈ ਬੇਈਮਾਨ। ਇਹ ਇਤਿਹਾਸਕ ਬਚਨ ਹੈ, ਮੇਰੇ ਨਹੀਂ। ਬਿਨਾਂ ਸ਼ਾਸਤਰ ਕੇ ਸੰਗ ਨਰੰਗ ਭੇਡ ਜਾਣੋ, ਸ਼ਸਤਰਾਂ ਕੇਸਾਂ ਤੋਂ ਬਗੈਰ। ਗੁਰਦੇਵ ਜੀ ਕਹਿੰਦੇ ਇਹਨੂੰ ਭੇਡ ਸਮਝਣਾ ਚਾਹੀਦਾ। ਔਰ ਇਹਦੀ ਜਿੰਦੀ ਜਾਗਦੀ ਮਿਸਾਲ ਹੈ। ਇਸ ਤੋਂ ਪਹਿਲਾਂ ਹਿੰਦੁਸਤਾਨ ਤਕਰੀਬਨ 1000 ਸਾਲ ਗੁਲਾਮ ਰਿਹਾ, 1000 ਸਾਲ। ਜਿਹੜਾ ਵੀ ਹਮਲਾਵਰ ਆਇਆ ਉਹਨੇ ਆਪਣਾ ਰਾਜ ਕੀਤਾ, ਦੇਸ਼ ਨੂੰ ਲੁੱਟ ਕੇ ਲੈ ਗਿਆ। ਪਰ ਜਦੋਂ ਤੇ ਦਸ਼ਮੇਸ਼ ਪਿਤਾ ਨੇ ਇਹ ਸਾਡੇ 'ਤੇ ਬਖਸ਼ਿਸ਼ ਕੀਤੀ, ਬਿਨਾਂ ਸ਼ਾਸਤਰ ਕੇ ਸੰਗ ਨਰੰਗ ਭੇਡ ਜਾਣੋ, ਗਾਹੇ ਕਾਣ ਤਾਕੋ ਕਿਤੇ ਲੈ ਸਿਧਾਨੋ, ਇਹ ਮੋਰ ਆਗਿਆ ਸੁਣੋ ਇਹ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦਦਾਰੇ। ਇਸ ਗੱਲ 'ਤੇ ਹਰ ਬੰਦਾ ਪਹਿਰੇਦਾਰ ਬਣੇ। ਜਿਹੜੇ ਬੱਚੇ ਭਟਕੇ ਹੋਏ ਨੇ, ਕੁਰਾਏ ਗਏ ਹੋਏ ਨੇ, ਸਮਾਂ ਬਣਾਇਆ ਜਾਏ ਬੇਸ਼ੱਕ ਐਤਵਾਰ ਵਾਲੇ ਦਿਹਾੜੇ ਦਿਨ, ਪੰਜ ਦਸ ਦਸ ਸਿੰਘ ਮਿਲ ਕੇ ਜਿਹੜੇ ਬੱਚੇ ਕੁਰਾਏ ਪਏ ਹੋਏ ਨੇ ਉਹਨਾਂ ਨੂੰ ਸਿੱਖੀ ਨਾਲ, ਸਿੱਖੀ ਗੁਣਾਂ ਨਾਲ ਸਿੰਗਾਰਿਆ ਜਾਏ, ਉਹਨਾਂ ਨੂੰ ਸਵਾਰਿਆ ਜਾਏ, ਉਹਨਾਂ ਨੂੰ ਦੱਸਿਆ ਜਾਏ। ਇੱਕ ਮੁਸਲਮਾਨ ਕਵੀ ਲਿਖਦਾ ਹੈ, ਪਿਤਾ ਦਸ਼ਮੇਸ਼ ਕਿਆ ਬਾਤ ਕਹੂੰ, ਜੋ ਤੂੰ ਨੇ ਉਪਕਾਰ ਕੀਏ ਉਸ ਤੇਗ ਕੇ ਬੇਟੇ ਤੇਗ ਪਕੜ। ਤੇਗ ਬਹਾਦਰ ਦੇ ਬੇਟੇ ਨੇ ਜਦੋਂ ਤੇਗ ਪਕੜੀ, ਉਸ ਤੇਗ ਕੇ ਬੇਟੇ ਤੇਗ ਪਕੜ, ਦੁਖੀਓ ਕੇ ਕਟ ਜੰਜਾਲ ਦੀਏ ਉਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ ਉਸ ਮੁਲਕੋ ਵਤਨ ਕੀ ਖਿਦਮਤ ਮੈਂ, ਇੱਕ ਬਾਪ ਦੀਆ ਕਈ ਲਾਲ ਦੀਏ। ਜੇ ਗੁਰੂ ਸਾਹਿਬ ਸਰਵੰਸ ਵਾਰ ਸਕਦਾ ਹੈ, ਗੁਰੂ ਸਾਹਿਬ ਸਰਵੰਸ ਦਾਨੀ ਬਣ ਸਕਦੇ ਹਨ, ਗੁਰੂ ਸਾਹਿਬ ਸਰਵੰਸ ਦਾਨ ਕਰ ਸਕਦੇ ਹਨ। ਇਨ ਪੁੱਤਰਨ ਕੇ ਸੀਸ ਪੈ,
बार दिए सुत चार, चार मुए ते क्या हुआ जीवत कई हजार। साडा फर्ज बनता है इस सिख फुलवाड़ी नूं प्रफुल्लित करन लई बदों बद आप सारे योगदान करिए। बेअंत माया संगतों वालों आई हुई है जिन्हें खजाने चाहिए सतगुरु खजाना भरपूर करन। विचार करदिया गलतियां जरूर हो गई होणगियां, दास खेमा दा जाचक है भुलां चुकां दी खेमा। वाहिगुरु जी का खालसा वाहिगुरु जी की फतह।